ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦੇ ਰਣਜੀਤ ਨਗਰ ਵਿੱਚ ਮੇਲੇ ਦੀ ਸਥਿਤੀ ਵੇਖਣ ਨੂੰ ਮਿਲੀ ਜਿੱਥੇ ਦੁਕਾਨਾਂ ਖੁੱਲੀਆਂ ਸਨ ਅਤੇ ਰੇੜੀ ਫੜੀ ਵਾਲਿਆਂ ਨੇ ਬਾਜ਼ਾਰ ਸਜਾਈ ਹੋਈ ਸਨ। ਕਿਤੇ ਸਬਜ਼ੀ ਵਾਲੇ, ਕਿਤੇ ਸਮੋਸੇ ਤੇ ਕਿਤੇ ਗੋਲਗੱਪੇ ਵਾਲੇ ਬਾਜ਼ਾਰ, ਜਿਸ ਨੂੰ ਦੇਖ ਕੇ ਸਾਫ਼ ਲੱਗ ਰਿਹਾ ਸੀ ਇਹ ਲੋਕ ਮੌਤ ਨਾਲ ਖੇਡ ਰਹੇ ਸਨ, ਜਿਵੇਂ ਉਹਨਾਂ ਨੂੰ ਪਤਾ ਹੀ ਨਾ ਹੋਵੇ ਕਿ ਕੋਰੋਨਾ ਬਿਮਾਰੀ ਨਾਲ ਲੜਨ ਲਈ ਕਰਫਿਊ ਲਗਾਇਆ ਹੋਇਆ ਹੈ। ਝੁੰਡ ਬਣਾ ਕੇ ਬੈਠੇ ਲੋਕ ਜਿਵੇਂ ਕਿਤੇ ਘੁੰਮਣ ਫਿਰਨ ਆਏ ਹੋਣ। ਪਰ ਵੱਡੀ ਗੱਲ ਇਹ ਵੇਖਣ ਨੂੰ ਮਿਲੀ ਕਿ ਸਿਰਫ 3 ਪੁਲਿਸ ਮੁਲਾਜ਼ਮ ਬਾਜ਼ਾਰ ਦੀ ਨੁੱਕਰ ਤੇ ਬੈਠੇ ਸਨ। ਜਦੋਂ ਸਾਡੀ ਟੀਮ ਉੱਥੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਤਾਂ ਸਾਰੀ ਭੀੜ ਭੱਜਣ ਲੱਗ ਗਈ। ਲੋਕ ਰੇੜੀਆਂ ਲੈ ਕੇ ਜਾਂਦੇ ਦਿਖਾਈ ਦਿੱਤੇ ਤੇ ਕੁਝ ਦੁਕਾਨਦਾਰ ਤਾਂ ਫੜੀਆਂ ਉੱਥੇ ਹੀ ਛੱਡ ਕੇ ਭੱਜ ਗਏ। ਪਰ ਪੁਲਿਸ ਪ੍ਰਸ਼ਾਸਨ ਇਸ ਗੱਲ ਤੋਂ ਬੇਖੌਫ ਹੋ ਕੇ ਆਪਣੀਆਂ ਕੁਰਸੀਆਂ ਤੇ ਬੈਠੇ ਸਨ ਅਤੇ ਫਿਰ ਉਪਚਾਰਿਕਤਾ ਦੇ ਤੌਰ ਤੇ 2 ਮੁਲਾਜ਼ਮ ਭੀੜ ਨੂੰ ਹਟਾਉਣ ਲਈ ਜਾਂਦੇ ਦਿਖਾਈ ਦਿੱਤੇ। ਦੇਖੋ ਜੀ, ਮਜ਼ਦੂਰ ਤੇ ਪ੍ਰਵਾਸੀ ਲੋਕ ਨੇ ਜਿਹੜੇ ਸਵੇਰੇ ਸ਼ਾਮ ਇਹ ਆਪਣੇ ਸਬਜ਼ੀਆਂ ਰੇੜੀਆਂ ਤੁਰ ਫਿਰ ਕੇ ਵੇਚਦੇ ਨੇ ਅਤੇ ਅਦਰਵਾਈਜ਼ ਜੇ ਕੋਈ ਬਾਹਰ ਇਕੱਠ ਹੁੰਦਾ ਤਾਂ ਇਹਨਾਂ ਨੂੰ ਅਸੀਂ ਅੰਦਰ ਵਾੜ ਦਈਦਾ ਅਤੇ ਅਦਰਵਾਈਜ਼ ਸਵੇਰੇ ਜਿਹੜੇ ਬੰਦੇ ਫਿਰਦੇ ਨੇ, ਬਾਹਰ ਤੁਰੇ ਫਿਰਦੇ ਨੇ, ਉਹਨੂੰ ਬੱਸ ਰਾਹੀਂ ਲਿਜਾ ਕੇ ਅਸੀਂ ਜਿਹੜੀ ਆਰਜੀ ਜੇਲ੍ਹ ਹੈ ਉੱਥੇ ਬੰਦ ਕਰਾਉਂਦੇ ਹਾਂ। ਹਰ ਰੋਜ਼ ਪੂਰੀ ਸਖਤੀ ਕੀਤੀ ਹੋਈ ਹੈ, ਪੂਰਾ ਲੋਕਅਪ ਹੋਇਆ ਹੋਇਆ। ਹੁਣ ਵੀ ਸਰ ਦੇਖਣ ਨੂੰ ਮਿਲਿਆ ਕਿ ਮੁਲਾਜ਼ਮ, ਪੁਲਿਸ ਮੁਲਾਜ਼ਮ ਜਦੋਂ ਉੱਥੇ ਗਏ ਨੇ ਲੋਕ ਅੰਦਰ ਤਾਂ ਵੜ ਗਏ ਆ, ਫਿਰ ਦੁਬਾਰਾ ਲੋਕ ਕਿਤੇ ਬਾਹਰ ਨਿਕਲੇ ਨੇ। ਲੋਕਾਂ 'ਚ ਅਵੇਅਰਨੈਸ ਦੀ ਕਮੀ ਆ, ਸਮਝ ਨਹੀਂ ਪਾ ਰਹੇ ਕਿ ਇੰਨੀ ਭਿਆਨਕ ਬਿਮਾਰੀ ਆ ਜਿਹੜੀ ਉਹ ਚੱਲਦੀ ਪਈ। ਦੇਖੋ ਮੁਲਾਜ਼ਮ ਸਾਡੇ, ਅਸੀਂ ਜਾਂਦੇ ਹਾਂ ਲੋਕਾਂ ਨੂੰ ਸਮਝਾਉਂਦੇ ਹਾਂ ਵੀ ਅੰਦਰ ਵੜ ਜਾਓ, ਅਤੇ ਲੇਕਿਨ ਜਦੋਂ ਜਾਂਦੇ ਹਾਂ ਇਹ ਡਰਦੇ ਮਾਰੇ ਅੰਦਰ ਗਾਂ ਵਾੜ ਦਿੰਦੇ ਹਾਂ ਅਸੀਂ ਇਹਨਾਂ ਨੂੰ। ਫਿਰ ਉਸ ਤੋਂ ਬਾਅਦ ਇਹ ਬਾਹਰ ਨਿਕਲ ਕੇ ਝਾਤੀਆਂ ਮਾਰੀ ਜਾਂਦੇ ਨੇ, ਗਲੀ 'ਚ ਫਿਰ ਬਾਹਰ ਆ ਜਾਂਦੇ ਨੇ। ਇਹਨੂੰ ਸਮਝ ਨਹੀਂ ਲੱਗਦੀ ਵੀ ਐਡੀ ਭਿਆਨਕ ਬਿਮਾਰੀ ਆ। ਸਮਝਾਈ ਦਾ ਅਨਾਊਂਸਮੈਂਟ ਵੀ ਕੀਤੀ ਆ, ਸਮਝਾਈ ਦਾ ਵੀ ਅੰਦਰ ਵੜ ਜਾਓ ਵੀ ਇਹ ਜਿਹੜੀ ਖਤਰਨਾਕ ਬਿਮਾਰੀ ਆ ਇਹ ਤੋਂ ਬਚਾ ਰਹੇ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ।